खालसा जी वड्डे घल्लूघारे की कथा चल रही है। सिंह गुजरवाल नारंगवाल इस इलाके च बैठे सन, जिस वेले मलेरकोटले वाले ने सिंघां दा रस्ता रोकण लई जैन खां सरहंद नूं नाल ला लिया। मलेरकोटलीए पठान भावें सतगुरु कलगीधर जी का वचन है कि इन्हों का बुरा नहीं सोचना, पर यह जरूर पंथ का बुरा सोचते रहे। ये कदी भी मित्र नहीं बने जिहड़ा हा दा नारा मारिया साहबजादियां दे बाबत, उहदे करके गुरु कलगीधर जी ने कह दिता भी इन्हां दी जड़ रहेगी। सो पंथ कदी इन्हां दा बुरा नहीं सोचता, पर यह जरूर खालसे नाल टक्कर लैंदे रहे गाहे बगाहे। कई बार जंगा होईयां, इन्हां ने वहीर जिहड़ा खालसे दा परिवार बीबियां बच्चे बुढ़े बीमार जिहड़े नाल सन उन्हां नूं बहुत नुकसान पहुँचाया। जैन खां ते मलेरकोटले वाले पठान रस्ता रोक के खलो गए, पिछों अबदाली आ गया। एक पासे अबदाली यानी लुधियाणे वाले पास्यों, पिछों दी पंजाब वाले पास्यों अबदाली, ते मलेरकोटले ते वाले पास्यों अग्गा रोकण लई ਇਹ ਜੈਨ ਖਾਂ ਅਤੇ ਮਲੇਰਕੋਟਲੇ ਵਾਲੇ। ਸਿੰਘਾਂ ਨੂੰ ਬੜੀ ਵਿਪਤਾ ਪਈ। ਸਿੰਘਾਂ ਨੇ ਜਾਣਾ ਸੀ ਬਰਨਾਲੇ ਬਠਿੰਡੇ ਦੇ ਇਲਾਕੇ ਨੂੰ ਪਰਿਵਾਰਾਂ ਨੂੰ ਬਚਾਉਣ ਲਈ। 5 ਫਰਵਰੀ 1762 ਨੂੰ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਇਹ ਲੜਾਈ ਸ਼ੁਰੂ ਹੋਈ ਹੈ। ਜਦੋਂ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ, ਜੈ ਸਿੰਘ ਕਨਹੱਈਆ, ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਆ, ਹੋਰ ਸਾਰੇ ਤਾਰਾ ਸਿੰਘ ਡੱਲੇਵਾਲੀਆ ਆਦਿਕ ਜਿਹੜੇ ਮਿਸਲਾਂ ਦੇ ਜਥੇਦਾਰ ਸਨ, ਉਹਨਾਂ ਨੇ ਸਿੰਘਾਂ ਨੂੰ ਪਰਿਵਾਰਾਂ ਨੂੰ ਅੱਗੇ ਤੋਰਿਆ। ਔਰ ਮਲਵਈਆਂ ਦੇ ਵਕੀਲ ਮਹਾਰਾਜਾ ਆਲਾ ਸਿੰਘ ਜੀ ਪਟਿਆਲੇ ਦੇ, ਮਹਾਰਾਜਾ ਉਦੇ ਸਿੰਘ ਜੀ ਕੈਥਲ ਦੇ ਜਿਹੜੇ ਵੱਡੇ ਰਾਜੇ ਹੋਏ ਨੇ, ਉਹਨਾਂ ਦੇ ਜਿਹੜੇ ਬਜ਼ੁਰਗ ਸਨ, ਉਹਨਾਂ ਦੇ ਵਕੀਲਾਂ ਨੂੰ ਅੱਗੇ ਲਾ ਕੇ ਤੋਰਿਆ। ਪਰ ਵਹੀਰ ਦੇ ਉੱਤੇ ਜੈਨ ਖਾਂ ਨੇ ਹੱਲਾ ਬੋਲ ਦਿੱਤਾ, ਉਹ ਪਿਛਾਂ ਨੂੰ ਭੱਜ ਆਏ ਤਾਂ ਬਾਬਾ ਸ਼ਾਮ ਸਿੰਘ ਜੀ ਬੁੱਢੇ ਦਲ ਦੇ ਮੀਤ ਜਥੇਦਾਰ, ਜੋ ਸ਼ਾਮ ਸਿੰਘ ਜੀ ਨਾਰਲੇ ਵਾਲੇ ਕਰਕੇ ਪ੍ਰਸਿੱਧ ਹਨ, ਅੰਮ੍ਰਿਤਸਰ ਤਰਨ ਤਾਰਨ ਦੇ ਇਲਾਕੇ ਵਿੱਚ, ਪਹੂ ਪਿੰਡ ਦੇ ਇਲਾਕੇ ਵਿੱਚ ਨਾਰਲੀ ਨਾਰਲਾ ਪਿੰਡ ਹਨ, ਉੱਥੋਂ ਦੇ ਸਨ ਸ਼ਾਮ ਸਿੰਘ ਜੀ। ਅਬਦਾਲੀ ਨਾਲ ਇਹਨਾਂ ਦੀਆਂ ਬੜੀਆਂ ਜੰਗਾਂ ਹੋਈਆਂ ਨੇ। 12,000 ਫੌਜ ਇਹਨਾਂ ਦੇ ਨਾਲ ਹੋਇਆ ਕਰਦੀ ਸੀ। ਸਰਦਾਰ ਮਹਿਤਾਬ ਸਿੰਘ ਜੀ ਭੰਗੂ ਇਹਨਾਂ ਦੇ ਕੁੜਮ ਸਨ, ਕਿਉਂਕਿ ਮਤਮ ਭੰਗ ਰਤਨ ਸਿੰਘ ਦਾ ਪਿਤਾ ਰਾਏ ਸਿੰਘ ਮਹਿਤਾਬ ਸਿੰਘ ਦਾ ਪੁੱਤਰ ਉਹ ਸ਼ਾਮ ਸਿੰਘ ਦੀ ਬੇਟੀ ਨਾਲ ਵਿਆਹਿਆ ਹੋਇਆ ਸੀ। ਉਸੇ ਦੇ ਪੇਟ ਤੋਂ ਹੀ ਸਰਦਾਰ ਰਤਨ ਸਿੰਘ ਦਾ ਜਨਮ ਹੋਇਆ। ਸ਼ਾਮ ਸਿੰਘ ਨੇ ਆਪਣੇ ਨਾਲ ਦੇ ਸੂਰਬੀਰ ਸਿੰਘਾਂ ਨੂੰ ਲੈ ਕੇ ਕਿਹਾ ਕਿ ਖਾਲਸਾ ਜੀ, ਮੈਂ ਅੱਗੇ ਜਾਵਾਂਗਾ, ਤੁਸੀਂ ਪਿੱਛੋਂ ਅਬਦਾਲੀ ਨੂੰ ਰੋਕੋ, ਅਤੇ ਮੈਂ ਮਲੇਰਕੋਟਲੇ ਵਾਲਿਆਂ ਨਾਲ ਲੜ ਕੇ, ਜੈਨ ਖਾਂ ਨਾਲ ਲੜ ਕੇ ਬੱਚਿਆਂ ਨੂੰ, ਬੀਬੀਆਂ ਨੂੰ, ਬੁੱਢਿਆਂ ਨੂੰ, ਬਿਮਾਰਾਂ ਨੂੰ, ਖਾਲਸੇ ਦੀ ਵਹੀਰ ਨੂੰ ਬਰਨਾਲੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ। ਸੋ ਸ਼ਾਮ ਸਿੰਘ ਅੱਗੇ ਚਲਾ ਗਿਆ, ਆਪਣੇ ਨਾਲ ਬੜੇ ਬੜੇ ਸੂਰਬੀਰ ਯੋਧੇ ਸਿੰਘਾਂ ਨੂੰ ਲੈ ਕੇ। ਜੱਸਾ ਸਿੰਘ ਆਲੂਵਾਲੀਆ ਅਤੇ ਬਾਕੀ ਸਰਦਾਰ ਪਿੱਛੇ ਰਹਿ ਗਏ ਅਬਦਾਲੀ ਨਾਲ ਲੜਨ ਲਈ। ਇਸ ਤਰ੍ਹਾਂ ਇਹ 30-40 ਮੀਲ ਦੇ ਵਿੱਚ ਲੜਾਈ ਹੋਈ, ਜਿਸ ਨੂੰ ਅਸੀਂ ਵੱਡਾ ਘੱਲੂਘਾਰਾ ਕਹਿੰਦੇ ਹਾਂ। ਵੱਡੇ ਘੱਲੂਘਾਰੇ ਦੀ ਦਾਸਤਾਨ ਸੁਣੋ ਸਾਰੀ ਸੰਗਤ, ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।